ਆ ਚੱਲੀਏ ਚਲੋ ਬਾਬਾ ਉੱਤੇ ਨਾ ਚੱਲਣਾ ਹੈ ਵਜ਼ਨ ਚੁੱਕ ਨਾ ਲੈ ਕਿਹੜੀ ਗੱਲ ਹੈ ਸੱਚੀ ਗੱਲ ਹੈ ਫੁੱਲਾਂ ਦਾ ਵੀ ਕੋਈ ਵਜ਼ਨ ਹੁੰਦਾ ਉਹ ਖੈਰ ਚਾਚੇ ਦੀ ਬਾਬਾ ਕਹਿੰਦਾ ਫੁੱਲਾਂ ਦਾ ਵੀ ਕੋਈ ਵਜ਼ਨ ਹੁੰਦਾ ਹੈ ਅੱਜ ਅਸੀਂ ਆਏ ਹਾਂ ਅਨਾਰਕਲੀ ਅੱਗੇ ਕੀ ਕਹਿਣਾ ਅੱਜ ਅਸੀਂ ਜਾਣਾਂਗੇ ਲੋਕਾਂ ਦੇ ਹਾਲਾਤ ਦਿਲਾਂ ਦੇ ਹਾਲ ਵਕੀਲ ਹੋ ਸਾਰੀ ਗੱਲ ਹੈ ਹੋਰ ਮੈਂ ਇੱਥੇ ਲੰਗਰ ਲਾ ਕੇ ਬੈਠਾ ਰਹਾਂ ਦੁਬਾਰਾ ਬਤਾ ਦੋ ਨਾ ਆਓ ਦੇਖਦੇ ਹਾਂ ਹੁਣ ਅੱਗੇ ਕੀ ਬਣਦਾ ਹੈ ਆਊਟਰੋ ਚ ਨਹੀਂ ਹੁੰਦਾ ਅੱਲਾਹ ਦੁਬਾਰਾ ਕਰੋ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਏਗਾ ਅਸਲਾਮ ਅਲੈਕੁਮ ਤੁਸੀਂ ਰੁਕੋ ਰੁਕੋ ਹਲੇ ਤੁਸੀਂ ਸ਼ੁਰੂ ਨਹੀਂ ਕਰਨਾ ਮੈਂ ਵੈਸੇ ਕਰ ਰਹੀ ਹਾਂ ਅਸਲਾਮ ਅਲੈਕੁਮ ਨਾਜ਼ਰੀਨ ਇਹ ਬੋਲਣਾ ਨਾ ਪਹਿਲਾਂ ਕਿ ਲੋਕਾਂ ਦੇ ਦਿਲਾਂ ਦੇ ਹਾਲ ਜਾਣਾਂਗੇ ਨਾ ਤੇ ਦੱਸ ਦੇ ਆਪਣਾ ਓਕੇ ਦੁਬਾਰਾ ਦੇਖਣਾ ਕਿਤੇ ਕੈਮਰੇ 'ਚ ਮੈਂ ਸਹੀ ਦੇਖ ਰਹੀ ਅਸਲਾਮ ਅਲੈਕੁਮ ਮੈਂ ਹਾਂ ਲੈਲਾ ਜੱਟੀ ਅਤੇ ਤੁਸੀਂ ਦੇਖ ਰਹੇ ਹੋ ਲਾਹੌਰ ਟੀ ਵੀ ਅਤੇ ਅੱਜ ਅਸੀਂ ਆਏ ਹਾਂ ਅਨਾਰਕਲੀ ਅਤੇ ਅੱਜ ਅਸੀਂ ਜਾਣਾਂਗੇ ਲੋਕਾਂ ਦੇ ਦਿਲਾਂ ਦਾ ਹਾਲ ਅਤੇ ਮੌਸਮ ਦਾ ਹਾਲ ਅਤੇ ਅੱਜ ਮਾਹੌਲ ਕਾਫੀ ਗਰਮ ਗਰਮ ਕੀਤਾ ਹੈ ਤੁਸੀਂ ਕਿੱਧਰ ਗਏ ਤੁਹਾਡੇ ਸਮੋਸੇ ਸਮੋਸੇ ਖਾਲੀ ਮੈਨੂੰ ਵੇਖ ਕੇ ਚਟਨੀ ਛੱਡ ਦਿੱਤੀ ਆਪ ਆਰਡਰ ਕਰੇ ਅਭੀ ਆ ਜਾਜੇ ਖੈਰ ਨਾਲ ਆਇਓ ਤੁਸੀਂ ਇੱਥੇ ਖੈਰ ਨਾਲ ਕੀ ਵੈਸੇ ਸ਼ਾਪਿੰਗ ਵਗੈਰਾ ਕਰਨੇ ਆਏ ਤੇ ਕੁਝ ਖਾਣੇ ਪੀਣੇ ਔਰ ਸਮਾਨ ਵਗੈਰਾ ਲੈਣੇ ਆਏ ਤੇ ਜਰਾ ਲੱਗਦਾ ਨਹੀਂ ਤੁਸੀਂ ਸ਼ਾਪਿੰਗ ਕਰਨ ਆਏ ਹੋ ਮੌਸਮ ਦਾ ਹਾਲ ਪੁੱਛਣ ਲਈ ਤੁਹਾਡੇ ਕੋਲ ਆਏ ਸੀ ਮੌਸਮ ਜੀ ਬਸ ਕੁਝ ਨਾ ਪੁੱਛੋ ਮੌਸਮ ਦਾ ਕੁਵਾਰਿਆਂ ਦਾ ਕੀ ਮੌਸਮ ਨਹੀਂ ਦਿਲ ਦਾ ਹਾਲ ਆਏ ਤੋਈ ਦਿਲ ਦਾ ਕੁਵਾਰਿਆਂ ਦਾ ਦਿਲ ਦਾ ਹਾਲ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਤੇ ਤੁਹਾਡੇ ਨਾਲ ਕੋਈ ਵਿਆਹ ਨਹੀਂ ਕਰ ਰਹੀ ਨਹੀਂ ਕੋਈ ਨਹੀਂ ਬਸ 4-5 ਹੈਗੀਆਂ ਸੀ ਉਹ ਨਾ ਕਰ ਗਈਆਂ ਕਿਉਂ ਤੂੰ ਸੋਹਣਾ ਨਹੀਂ ਆਇਆ ਇਸ ਲਈ ਲੱਗਦਾ ਹੈ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ ਅੱਗੇ ਨਾਲ ਤੇ ਠੀਕ ਹੀ ਹਾਂ ਕੀ ਮੌਸਮ ਵੇਖ ਕੇ ਨਹੀਂ ਬਸ ਤੁਹਾਨੂੰ ਦੇਖ ਕੇ ਆਏ ਹਾਏ ਸਾਨੂੰ ਵੇਖ ਕੇ ਸਾਡੇ 'ਚ ਕੀ ਐਸਾ ਹੈ ਬਸ ਆਪ ਆਖੀਆਂ ਆਪਕੀ ਅੱਛੀ ਹੈ ਆਪ ਔਰ ਪਿਆਰੀ ਹੈ ਓਏ ਕਸਮੇ ਕੋਈ ਗੱਲਬਾਤ ਸਾਡੇ ਨਾਲ ਕਰੋ ਕੋਈ ਕੀ ਗੱਲਬਾਤ ਕਰੀਏ ਹੁਣ ਤੁਸੀਂ ਆਪ ਹੀ ਕਹਿ ਰਹੇ ਹੋ ਤੁਸੀਂ ਬਹੁਤ ਸੋਹਣੇ ਹੋ ਤੇ ਤੁਸੀਂ ਮੈਨੂੰ ਕੋਈ ਗਿਫਟ ਹੀ ਲੈ ਦਿਓ ਕੀ ਹਾਲ ਹੈ ਤੁਹਾਡਾ ਅੱਗੇ ਨਾਲ ਤਾਂ ਕੁਝ ਬਿਹਤਰ ਹੈ ਅੱਗੇ ਤੁਸੀਂ ਬਿਮਾਰ ਸੀ ਨਹੀਂ ਤੈਨੂੰ ਦੇਖ ਕੇ ਬਿਮਾਰ ਹੋ ਗਿਆ ਸੀ ਮੈਨੂੰ ਵੇਖ ਕੇ ਬਿਮਾਰ ਹੋ ਗਿਆ ਸੀ ਮੈਨੂੰ ਕੀ ਕੀੜੇ ਚੱਲ ਰਹੇ ਪਤਾ ਨਹੀਂ ਖਾਬ ਚ ਆਏ ਸੀ ਕਿ ਦਿਨ ਅੱਛਾ ਮੈਂ ਤੁਹਾਡੇ ਖਾਬਾਂ ਦੀ ਸ਼ਹਿਜ਼ਾਦੀ ਤੇ ਨਹੀਂ ਪਤਾ ਨਹੀਂ ਸ਼ਾਇਦ ਲੱਗਦਾ ਤਾਂ ਇਦਾਂ ਹੀ ਹੈ ਕੀ ਕਹਿਣਾ ਚਾਹ ਰਹੇ ਸੀ ਤੁਸੀਂ ਮੈਂ ਕਹਿ ਰਿਹਾ ਸੀ ਕਿ ਦਫਾ 44 ਲੱਗੀ ਹੈ ਲੋਕ ਇਕੱਠੇ ਨਹੀਂ ਕਰਨੇ ਅੱਛਾ ਹਾਂਜੀ ਤੇ ਫਿਰ ਕੀ ਇਕੱਠੇ ਕਰੀਏ ਮੱਖੀਆਂ ਇਕੱਠੀਆਂ ਕਰ ਨਹੀਂ ਤੁਸੀਂ ਆਪ ਇਕੱਠੇ ਹੋ ਕੇ ਚਲੇ ਜਾਓ ਕਿੱਥੇ ਚਲੇ ਗਏ ਕਿੱਥੋਂ ਆਏ ਹੋ ਤੁਸੀਂ ਛੱਡੇ ਹੋ ਨਾ ਆ ਜਾਓ ਆ ਚੱਲੀਏ ਚਲੋ ਬਾਬਾ ਉੱਤੇ ਨਾ ਚੱਲਣਾ ਹੈ ਵਜ਼ਨ ਚੁੱਕ ਨਾ ਲੈ ਇਹ ਕਿਹੜੀ ਗੱਲ ਹੈ ਸੱਚੀ ਗੱਲ ਹੈ ਫੁੱਲਾਂ ਦਾ ਵੀ ਕੋਈ ਵਜ਼ਨ ਹੁੰਦਾ ਉਹ ਖੈਰ ਚਾਚੇ ਦੀ ਬਾਬਾ ਕਹਿੰਦਾ ਫੁੱਲਾਂ ਦਾ ਵੀ ਕੋਈ ਵਜ਼ਨ ਹੁੰਦਾ ਮੌਸਮ ਚੇਂਜ ਹੋ ਗਿਆ ਤੁਹਾਡਾ ਦਿਲ ਵੀ ਚੇਂਜ ਹੋਇਆ ਕਿ ਨਹੀਂ ਦਿਲ ਚੇਂਜ ਹੀ ਚੇਂਜ ਹੈ ਹਾਂ ਕੀ ਚੇਂਜਿੰਗ ਆਈ ਹੈ ਹਾਂਜੀ ਮਜ਼ੇ ਲੈ ਰਹੇ ਮੌਸਮ ਕੇ ਹਕੂਮਤ ਕੇ ਵੀ ਮਜ਼ੇ ਲੈ ਰਹੇ ਪੰਜਾਬੀ ਚ ਬੋਲਣਾ ਉਰਦੂ ਚ ਇੰਗਲਿਸ਼ ਚ ਬੋਲਦਾ ਤੁਸੀਂ ਨਹੀਂ ਤਾਂ ਤੁਸੀਂ ਇੰਗਲਿਸ਼ ਮਨ ਦੱਸਿਆ ਹੀ ਨਹੀਂ ਹਾਊ ਆਰ ਯੂ ਕਿਵੇਂ ਆ ਮੈਂ ਫੇਟਾਂ ਜਵਾਬ ਹੈ ਪੰਜਾਬੀ ਦਾ ਤੇ ਸਵਾਲ ਇੰਗਲਿਸ਼ ਦਾ ਨਹੀਂ ਤੁਹਾਡੇ ਦਿਲ ਦਾ ਕੀ ਹਾਲ ਹੈ ਸਭ ਅੱਛਾ ਹੈ ਬਹੁਤ ਅੱਛਾ ਹੈ ਬਹੁਤ ਅੱਛਾ ਹੈ ਜੀ ਜੀ ਹਾਂ ਅੱਜ ਕੱਲ ਕਿੰਨੀਆਂ ਗਰਲਫ੍ਰੈਂਡ ਰੱਖਾਂ ਕੀ ਹਾਲ ਹੈ ਤੁਹਾਡਾ ਤੁਸੀਂ ਸੁਣੋ ਅਸੀਂ ਵੀ ਠੀਕ ਕਿੱਥੋਂ ਆ ਰਹੇ ਹੋ ਬਸ ਹਲੇ ਆਫਿਸ ਤੋਂ ਕੁਝ ਖਾਣ ਪੀ ਨਿਕਲੇ ਹੀ ਮੈਨੂੰ ਤਾਂ ਲੱਗਦਾ ਵਲੀਮਾ ਖਾ ਕੇ ਆ ਰਹੇ ਹੋ ਕਿਉਂ ਤੁਸੀਂ ਵਲੀਮੇ ਤੋਂ ਇਲਾਵਾ ਕੋਈ ਬਰਾਤ ਦਾ ਖਾਣਾ ਤਿਆਰ ਕੀਤਾ ਤਾਂ ਜਿਹੜਾ ਨਹੀਂ ਨਹੀਂ ਬਸ ਮੈਨੂੰ ਲੱਗਿਆ ਕੋਟ ਸ਼ੋਟ ਪਾਏ ਪੁੰਡੀ ਕਰਨ ਤੇ ਪੁੰਡੀ ਕਰਨ ਆਇਆ ਬੀਬੀ ਆਪਕੇ ਸਾਹਮਣੇ ਹੋ ਰਹੀ ਹੈ ਨਹੀਂ ਹੋ ਰਹੀ ਤਾਂ ਬਤਾ ਦੇ ਫਿਰ ਆ ਗਏ ਮੈਂ ਵੀ ਪੁੰਡੀ ਕਰਨ ਹੀ ਆਈ ਹਾਂ ਪਰ ਮੈਂ ਤਾਂ ਕੁਝ ਹੋਰ ਹੀ ਸਮਝ ਰਹੀ ਸੀ ਤੁਸੀਂ ਸੁਣਾਓ ਠੀਕ ਠਾਕ ਸਰਜਰੀ ਕਰਾ ਲੈ ਕਾਦੀ ਮੂੰਹ ਦੀ ਕਰਾ ਲਾਂਗੇ ਕਦੋਂ ਤੁਹਾਨੂੰ ਸਰਜਰੀ ਵਾਲਾ ਠੀਕ ਲੱਗਦਾ ਜਾਂ ਵੈਸੇ ਮੈਨੂੰ ਤਾਂ ਕੋਈ ਚੱਕਰ ਨਹੀਂ ਤੁਹਾਡੇ ਨਾਲ ਇੰਟਰਸਟਿਡ ਹੀ ਨਹੀਂ ਆਇਆ ਮੈਂ ਤੁਹਾਡੇ ਅੱਛਾ ਕਿਸੇ ਦੇਣੀ ਹੋਈ ਇੰਜੀ ਦੇ ਦੇਣਗੇ ਸਰਜਰੀ ਲਾਜ਼ਮੀ ਕਰਾਣੀ ਤੇ ਤੂੰ ਕਲੀਨ ਸ਼ੇਵ ਕਰਾ ਕੇ ਵਿਖਾ ਨਾ ਗਿਫਟ ਮਸਲਨ ਕਿਸ ਤਰ੍ਹਾਂ ਦਾ ਚਾਹੀਦਾ ਹੈ ਜਿਸ ਤਰ੍ਹਾਂ ਦਾ ਸੂਟ ਕਰੇ ਮੇਰੇ ਤੇ ਇਸ ਟਾਈਮ ਤਾਂ ਮਹਿੰਗਾਈ ਚੱਲ ਰਹੀ ਆ ਤੇ ਹੁਣ ਬਾਜ਼ਾਰ ਵੀ ਬੰਦ ਨੇ ਦਿਹਾੜੀ ਸਹੀ ਨਹੀਂ ਲੱਗ ਰਹੀ ਫਿਰ ਅੱਗੇ ਕਿਉਂ ਬਕਵਾਸ ਕੀਤੀ ਸੀ ਤੇਰੇ ਦਿਲ ਦਾ ਕੀ ਹਾਲ ਹੈ ਦਿਲ ਦਾ ਹੁਣ ਤੈਨੂੰ ਦੇਖ ਕੇ ਤਾਂ ਹੁਣ ਪਤਾ ਨਹੀਂ ਦਿਲ ਗੜਬੜੀ ਕਰ ਰਿਹਾ ਗੜਬੜ ਕਰ ਰਿਹਾ ਤੇ ਤੂੰ ਲਾਜ ਕਰਾ ਹੈ ਇਹਦੇ ਲਾਜ ਹੀ ਤੂੰ ਹੈ ਗਰਲਫ੍ਰੈਂਡ ਕੇ ਅੰਦਰ ਹਮ ਖੇਲਨੇ ਵਾਲੇ ਹੈ ਜੈਸੇ ਡਾਕਟਰ ਜੋ ਹੈ ਨਾ ਉਹ ਮਰੀਜ਼ੋ ਕਾ ਇਲਾਜ ਕਰਤੇ ਹੈ ਤੋ ਮੇਰਾ ਥੈਰੇਪੀ ਮਸਾਜ ਕਾ ਅੱਛਾ ਮਸਾਜ ਕਰਤੇ ਹੈ ਤੋ ਉਹ ਗਰਲਫ੍ਰੈਂਡ ਔਰ ਮਸਾਜ ਮੇ ਤੋ ਫਰਕ ਨਹੀਂ ਆ ਗਿਆ ਸਾਰੀ ਗਰਲਫ੍ਰੈਂਡ ਹੀ ਹੋ ਜਾਂਦੀ ਹੈ ਜੋ ਪੈਸੇ ਮੁੱਕ ਗਏ ਸੱਜਣ ਰੁਸ ਗਏ ਵਕੀਲ ਹੋ ਸਾਰੀ ਗੱਲ ਹੈ ਹੋਰ ਮੈਂ ਇੱਥੇ ਲੰਗਰ ਲਾ ਕੇ ਬੈਠਾ ਰਹਾ ਹਾਂ ਤੇ ਫਿਰ ਹੁਣ ਤੁਸੀਂ ਜਾਣਾ ਪਸੰਦ ਕਰੋਗੇ ਕਿ ਕੋਈ ਖਵਾ ਪਿਆਓਗੇ ਬਿਸਮਿਲਲਾ ਤੁਸੀਂ ਖਾਣਾ ਚਾਹੁੰਦੇ ਹੋ ਖਾਓ
ਮੌਸਮ ਗਰਮ ਹੈ ਫਿਲਹਾਲ ਗਰਮ ਹੈ ਤੇ ਤੁਹਾਡੇ ਦਿਲ ਦਾ ਹਾਲ ਕੀ ਹੈ ਦਿਲ ਦਾ ਹਾਲ ਵੀ ਗਰਮ ਹੈ ਪਾਣੀ ਪੂਣੀ ਪਾ ਕੇ ਛਿੜਕਾਓ ਕਰੋ ਜੀ ਕੁਛ ਐਸਾ ਹੀ ਖਿਆਲ ਹੈ ਅੱਛਾ ਤੁਸੀਂ ਫਿਰ ਪਾਣੀ ਦਾ ਗਲਾਸ ਲਓ ਤੇ ਦਿਲ ਤੇ ਪਾਓ ਸਾਰਾ ਸਤਿਆਨਾ ਤੁਸੀਂ ਫਿਰ ਸ਼ਾਦੀ ਦੇ ਬਾਰੇ ਕੁਝ ਸੋਚ ਲਓ ਮੈਂ ਕਿਹੜਾ ਤੇਰੀ ਅੰਮੀ ਆ ਪੁੱਤਰ ਕੋਈ ਨਹੀਂ ਮੇਰੇ ਬੱਚਿਆਂ ਦੀ ਅੰਮੀ ਬਣ ਜਾ ਤੇ ਤੂੰ ਕੀ ਚਾਹੁੰਦਾ ਹੈਗਾ ਕਿ ਹੁਣ ਤੂੰ ਸੋਤਣ ਲਿਆਉਣਾ ਚਾਹੁੰਦਾ ਬੱਚੇ ਆਲਰੇਡੀ ਨੇ ਤੇਰੇ ਨਹੀਂ ਹੋਣਗੇ ਨਾ ਇਜਾਜ਼ਤ ਦੇ ਦੇਗੀ ਤੈਨੂੰ ਕੌਣ ਦੇ ਦੇ ਛਿੱਤਰ ਖਾ ਲੇਗਾ ਤੂੰ ਪਹਿਲੇ ਆ ਲਈ ਤੂੰ ਜੋ ਕਿਹਾ ਮੇਰੇ ਬੱਚਿਆਂ ਦੀ ਅੰਮੀ ਬਣ ਜਾ ਤਾਂ ਬੱਚੇ ਆਪਣੇ ਹੋਣਗੇ ਨਾ ਆਪਣੇ ਕਿੱਥੋਂ ਆਪਾਂ ਕੀ ਯਤੀਮ ਲੈਣੇ ਕੀ ਮਤਲਬ ਪਹਿਲੇ ਵਾਲੀ ਬੁੱਢੀ ਦੇ ਹੈ ਤੇ ਤੂੰ ਕਿਹਾ ਨਾ ਉਹਨਾਂ ਦੀ ਅੰਮੀ ਬਣ ਜਾ ਆਪਾਂ ਆਪਣੇ ਡਾਊਨਲੋਡ ਕਰਾਂਗੇ ਨਾ ਡਾਊਨਲੋਡ ਕਰੇਗਾ ਐਵੇਂ ਮੇਰੀ ਜਾਨ ਛੱਡ ਹੋਰ ਕਿਸੇ ਨਾਲ ਲਾ ਲੈ ਠਰਕ ਮੈਂ ਮਾੜੀਆਂ ਬਹੁਤ ਮਾੜੀਆਂ ਉਹ ਫਿਰ ਕਹਿੰਦੇ ਹੀ ਹੁੰਦਾ ਕੋਈ ਗਲਤੀ ਇਨਸਾਨ ਕੋਲੋਂ ਹੀ ਹੋ ਜਾਂਦੀ ਹੈ ਹਾਂ ਤੇ ਉਹ ਗਲਤੀ ਫਿਰ ਹੁੰਦੀ ਹੈ ਫਿਰ ਤੂੰ ਇਨਸਾਨ ਹੈ ਨਹੀਂ ਹੋਰ ਕੀ 9 ਤਰੀਕ ਆ ਮੈਨੂੰ ਤਾਂ ਕੁਛ ਹੋਰ ਹੀ ਲੱਗ ਰਹੀ ਲੱਗ ਰਹੀ ਲੱਗ ਰਿਹਾ ਵਾ ਤੇਰਾ ਮੂੰਹ ਗੋਲ ਹੈ ਐਵੇਂ ਚੂਚਾ ਹੀ ਲੱਗ ਤੇ ਤੂੰ ਚਿੜੀ ਜੀ ਲੱਗ ਰਹੀ ਨਿੱਕੀ ਆਏ ਮੈਨੂੰ ਚਿੜੀ ਨਾ ਬਹੁਤ ਪਸੰਦ ਹੈ ਤੇਰੇ ਵਰੀਆਂ ਚੀਜ਼ਾਂ ਬਾਰਿਸ਼ 'ਚ ਬਾਹਰ ਆਉਂਦੀਆਂ ਆਹਾਂ ਬਾਜੀ ਵਾ ਉਹ ਤੇ ਫਿਰ ਕੁਛ ਹੋਰ ਹੀ ਲੱਗ ਰਿਹਾ ਮੈਨੂੰ ਮੈਂ ਵਾਹਿਦ ਬੰਦਾ ਹੈਗਾ ਜਿਹੜਾ ਗਰਲਫ੍ਰੈਂਡ ਕੋਲੋਂ ਵੀ ਪੈਸੇ ਕਢਵਾ ਲੈਂਦਾ ਵਾਂ ਅੱਜ ਕੱਲ ਗਲਤ ਫ੍ਰੈਂਡ ਚੱਲ ਰਹੇ ਤੁਹਾਡੇ ਉਹੀ ਨਾ ਉਹਨਾਂ ਕੋਲੋਂ ਵੀ ਪੈਸੇ ਕਢਵਾ ਲੈਂਦਾ ਵਾਂ ਅੱਛਾ ਤੁਸੀਂ ਲੁੱਟਣ ਵਾਲੇ ਹੋ ਮੈਨੂੰ ਵੀ ਕੋਈ ਤਰੀਕਾ ਦੱਸ ਦਿਓ ਮੇਰੇ ਕੋਲ ਤਾਂ ਮੁੰਡਾ ਨਹੀਂ ਕੋਈ ਲੁੱਟਿਆ ਜਾ ਰਿਹਾ ਨਹੀਂ ਕੁੜੀਆਂ ਦੇ ਕੋਲ ਹੀ ਤਾਂ ਫਨ ਹੁੰਦਾ ਸਾਰਾ ਇਹ ਔਰਤ ਕਾ ਹੀ ਫਨ ਹੈ ਕਿ ਉਹ ਅੰਧੇ ਕੋ ਇਹ ਕਹਿ ਕਰ ਪਿਟਵਾ ਦਿੱਤੀ ਹੈ ਕਿ ਇਹ ਮੁਝੇ ਘੂਰ ਰਹਾ ਥਾ ਭਾਵੇਂ ਤੁਸੀਂ ਲੜੋ ਲੇਕਿਨ ਤੁਸੀਂ ਮੈਨੂੰ ਲੜ ਕੇ ਯਾਦ ਕਰ ਲੈਣਾ ਤੁਸੀਂ ਕੁਝ ਬੁਰਾ ਨਹੀਂ ਕੀਤਾ ਤੇ ਛੁੱਟ ਜਾਓ ਤੇ ਮੈਂ ਕਿਸੇ ਬ੍ਰਾਂਡ ਦੀ ਦੁਕਾਨ ਤੋਂ ਫਿਰ ਚੋਰੀ ਕਰ ਲਵਾਂ ਨਹੀਂ ਆਤਾ ਤੋਂ ਮਜਬੂਰ ਹੋ ਤੇ ਮੈਂ ਕੁਝ ਨਹੀਂ ਕਰ ਸਕਦਾ ਆਦਤ ਨਹੀਂ ਤੁਸੀਂ ਹੁਣ ਗਿਫਟ ਨਹੀਂ ਲੈ ਕੇ ਦੇ ਰਹੇ ਤੇ ਮੈਂ ਸੋਚ ਰਹੀ ਮੈਂ ਆਪੇ ਹੀ ਕੋਈ ਡਰੈਸ ਚੋਰੀ ਕਰ ਲਾਂ ਕੇਸ ਤੁਸੀਂ ਸੰਭਾਲ ਲੈਣਾ ਹਲੇ ਤੇ ਅਸੀਂ ਮਿਲੇ ਆ ਤੇ ਮਿਲਦੇ ਨਾਲ ਹੀ ਡਰੈਸ ਮੰਗ ਲਿਆ ਤੁਸੀਂ ਤੂੰ ਕੰਮ ਦਾ ਨਹੀਂ ਬੰਦਾ ਤੂੰ ਬੇਕਾਰ ਹੈ ਤੂੰ ਕੇਸ ਵੀ ਲੋਕਲ ਹੀ ਲੜ ਤੂੰ ਜੋ ਮਰਜ਼ੀ ਬੋਲ ਤੈਨੂੰ ਮੈਂ ਡਰੈਸ ਨਹੀਂ ਲੈ ਕੇ ਦੇਣਾ ਫਿਰ ਰਹਿਣ ਦੇ ਤੂੰ ਜਾ ਦੁਬਾਰਾ ਬਤਾ ਦੋ ਨਾ ਆਓ ਦੇਖਦੇ ਹਾਂ ਹੁਣ ਅੱਗੇ ਕੀ ਬਣਦਾ ਹੈ ਆਊਟਰੋ ਚ ਨਹੀਂ ਹੁੰਦਾ ਅੱਲਾਹ ਦੁਬਾਰਾ ਕਰੋ ਓਕੇ ਨਾਜ਼ਰੀਨ ਬਹੁਤ ਮਜ਼ਾ ਆਇਆ ਹੋਏਗਾ ਉਮੀਦ ਹੈ ਤੁਹਾਨੂੰ ਕਿ ਜੁਗਤਾਂ ਦਾ ਵੀ ਮਜ਼ਾ ਲਿਆ ਹੋਏਗਾ ਤੁਸੀਂ ਮਜ਼ੇ ਮਜ਼ੇ ਦੇ ਲੋਕਾਂ ਨਾਲ ਵੀ ਮਿਲੇ ਹੋਗੇ ਇਨਸ਼ਾਅੱਲਾ ਅਸੀਂ ਦੁਬਾਰਾ ਵੀ ਤੁਹਾਡੇ ਨਾਲ ਮਿਲਾਂਗੇ ਇਸ ਤਰ੍ਹਾਂ ਹੀ ਇੰਜੋਏ ਕਰਾਂਗੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲੈਣਾ ਲਾਈਕ ਕਰ ਲੈਣਾ ਅਤੇ ਅੱਲਾ ਹਾਫਿਜ਼ ਦੁਬਾਰਾ ਕਰੋ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਏਗਾ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਏਗਾ ਅਤੇ ਇਨਸ਼ਾਅੱਲਾ ਅਸੀਂ ਮਿਲਾਂਗੇ ਨੈਕਸਟ ਪ੍ਰੋਗਰਾਮ 'ਚ ਇਸ ਤਰ੍ਹਾਂ ਹੀ ਮੌਜ ਮਸਤੀ ਕਰਾਂਗੇ ਅੱਲਾ ਹਾਫਿਜ਼